ਕਰੀਅਰ ਨੂੰ ਸੈਲੀਬ੍ਰੇਟ ਕਰਨ ਵਾਸਤੇ ਜਿੱਦਾਂ ਪਤੰਗ ਚੜਾਉਂਦੇ ਨੇ ਅਤੇ ਇੱਕ ਜਿਹੜੀ ਪੰਜਾਬ ਗੌਰਮੈਂਟ ਵੱਲੋਂ ਜਿਹੜੀ ਕਾਫੀ ਸਖਤੀ ਨਾਲ ਇਸ ਵਾਰੀ ਜਿਹੜਾ ਲਾਗੂ ਕੀਤਾ ਗਿਆ ਜਿਹੜੀ ਚਾਈਨਾ ਡੋਰ ਹੈ ਜਿਹੜੀ ਕਿ ਬਹੁਤ ਖਤਰਨਾਕ ਆ ਅਤੇ ਸਾਡੇ ਮਾਣਯੋਗ ਐਸ ਐਸ ਪੀ ਜਲੰਧਰ ਦੇ ਹੱਥੀ ਸਾਹਿਬ ਵੱਲੋਂ ਵੀ ਸਾਨੂੰ ਰੋਜ਼ ਹੀ ਇਹਦੇ ਬਾਰੇ ਬਰੀਫ ਕੀਤਾ ਜਾਂਦਾ ਆ ਵੀ ਸ਼ਹਿਰ ਦੇ ਵਿੱਚ ਚਾਈਨਾ ਡੋਰ ਨਹੀਂ ਵਿਕਣੀ ਚਾਹੀਦੀ ਜਿਹਦੇ ਸੰਬੰਧ ਵਿੱਚ ਅੱਜ ਮੈਂ ਆਪਣੀ ਟੀਮ ਦੇ ਨਾਲ ਜਿਹੜਾ ਸ਼ਾਹਕੋਟ ਦੇ ਬਾਜ਼ਾਰ ਦੇ ਵਿੱਚ ਜਿਹੜੀ ਰੇਡ ਕੀਤੀ ਸੀ ਅਸੀਂ ਉਹ ਕਾਫੀ ਦੁਕਾਨਾਂ ਚੈੱਕ ਕੀਤੀਆਂ ਜਿਸ ਵਿੱਚ ਇੱਕ ਜਿਹੜੀ ਦੁਕਾਨ ਜਿਹੜੀ ਹੈ ਜੋ ਮਨਜੀਤ ਕੁਮਾਰ ਦੀ ਜੀਤਾ ਪਤੰਗਾਂ ਵਾਲਾ ਕਰਕੇ ਮਸ਼ਹੂਰ ਹੈ ਨਿੰਮਾ ਵਾਲੇ ਬਾਗ ਦੇ ਕੋਲ ਹੈਗੀ ਹੈ ਉੱਥੋਂ ਸਾਨੂੰ ਜਿਹੜੀ ਚਾਈਨਾ ਡੋਰ ਹੈ ਜਿਹੜੀ 12 ਪਿੰਨੇ ਉਹਦੇ ਬਰਾਮਦ ਹੋਏ ਨੇ ਅਤੇ ਜਿਸ ਨੂੰ ਅਸੀਂ ਗ੍ਰਿਫਤਾਰ ਕਰਕੇ ਅਤੇ ਮਾਣਯੋਗ ਡੀ ਸੀ ਸਾਹਿਬ ਦੇ ਹੁਕਮਾਂ ਦੀ ਜਿਹੜੀ ਉਲੰਘਣਾ ਦਾ 188 ਦਾ ਜਿਹੜਾ ਪਰਚਾ ਜਿਹੜਾ ਉਹ ਦਰਜ ਕੀਤਾ ਹੈ ਅਤੇ ਜਿਸ ਦੇ ਨਾਲ ਇਹ ਹੈ ਵੀ ਲੋਕਾਂ ਨੂੰ ਵੈਸੇ ਵੀ ਇੱਕ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਵੀ ਇਹ ਬਹੁਤ ਖਤਰਨਾਕ ਆ ਅਤੇ ਤੁਸੀਂ ਇਹਨੂੰ ਵਰਤੋਂ ਵੀ ਇਹਦੀ ਜਿਹੜੀ ਆ ਕਰਨੀ ਮਤਲਬ ਉਹ ਵੀ ਬਰਾਬਰ ਦਾ ਹੀ ਜੁਰਮ ਹੈਗਾ ਜੇ ਕੋਈ ਵਰਤੋਂ ਕਰਦਾ ਵੀ ਸਾਡੇ ਕੋਈ ਧਿਆਨ ਚ ਹੈਗਾ ਅਤੇ ਉਸ 'ਤੇ ਵੀ ਕਾਰਵਾਈ ਜਿਹੜੀ ਹੈ ਇਸੇ ਧਾਰਾ ਦੇ ਤਹਿਤ ਸਖਤੀ ਨਾਲ ਕੀਤੀ ਜਾਏਗੀ ਥੈਂਕ ਯੂ।